ਕਿੰਨਾ ਸਮਾਂ ਬਿਤਾਉਂਦੇ ਹੋ ਜੀ ਫੋਨ 'ਤੇ? ਜੇ ਤੁਸੀਂ ਫੋਨ ਦੀ ਸਕਰੀਨ ਦੇ ਉੱਤੇ ਦਿਨ 'ਚ 4 ਘੰਟੇ ਜਾਂ ਉਹ ਤੋਂ ਵੱਧ ਸਮਾਂ ਬਿਤਾਉਂਦੇ ਹੋ ਤਾਂ ਤੁਸੀਂ ਆਪਣੀ ਯਾਦ ਸ਼ਕਤੀ ਖੋ ਸਕਦੇ ਹੋ, ਤੁਹਾਨੂੰ ਭੁੱਲਣ ਦੀ ਬਿਮਾਰੀ ਲੱਗ ਸਕਦੀ ਹੈ, ਤੁਹਾਡੀ ਇਕਾਗਰਤਾ ਭੰਗ ਹੋ ਸਕਦੀ ਹੈ, ਤੁਹਾਨੂੰ ਮਾਨਸਿਕ ਰੋਗ ਹੋ ਸਕਦਾ। ਮੈਂ ਨਹੀਂ ਕਹਿੰਦਾ ਜਨਾਬ, ਬ੍ਰਿਟੇਨ ਦੀ ਖੋਜ ਰਿਪੋਰਟ ਕਹਿੰਦੀ ਹੈ ਕਿ 4 ਘੰਟਿਆਂ ਤੋਂ ਵੱਧ ਫੋਨ ਦੇ ਉੱਤੇ ਬਿਤਾਏ ਸਮੇਂ ਨਾਲ ਤੁਹਾਡੇ ਦਿਮਾਗ ਦੇ ਵਿੱਚ ਖੂਨ ਦੇ ਸਰਕਲ ਨੂੰ ਲੈ ਕੇ ਗੜਬੜ ਪੈਦਾ ਹੋ ਜਾਂਦੀ ਹੈ, ਖੂਨ ਦਾ ਸਰਕਲ ਪ੍ਰਭਾਵਿਤ ਹੋ ਜਾਂਦਾ। ਲੰਮਾ ਸਮਾਂ ਸਕਰੀਨ 'ਤੇ ਬਿਤਾਉਣ ਦਾ ਮਤਲਬ ਅੱਖਾਂ ਤੋਂ ਲੈ ਕੇ ਕਹਿੰਦੇ ਜੀ ਮਾਨਸਿਕ ਰੋਗ ਤੱਕ ਪੈਦਾ ਹੁੰਦੇ ਨੇ, ਅਤੇ ਨਤੀਜਾ ਉਹਦਾ ਇਹ ਆਉਂਦਾ ਕਿ ਅਸੀਂ ਆਪਣੀ ਯਾਦ ਸ਼ਕਤੀ ਵੀ ਖੋਣ ਲੱਗ ਜਾਂਦੇ ਹਾਂ, ਅਸੀਂ ਥਕਾਵਟ ਵੀ ਮਹਿਸੂਸ ਕਰਨ ਲੱਗ ਜਾਂਦੇ ਹਾਂ, ਸਾਡੀ ਇਕਾਗਰਤਾ ਵੀ ਭੰਗ ਹੁੰਦੀ ਹੈ ਅਤੇ ਸਿੱਖਣ ਦੀ ਸ਼ਕਤੀ ਵੀ ਕਮਜ਼ੋਰ ਹੋ ਜਾਂਦੀ ਹੈ। ਅਕਸਰ ਤੁਸੀਂ ਸੁਣਿਆ ਹੋਣਾ, ਦੇਖਿਆ ਹੋਣਾ ਆਪਣੇ ਘਰਾਂ ਦੇ ਵਿੱਚ ਕਿ ਜਿਹੜੇ ਬੰਦੇ ਜ਼ਿਆਦਾਤਰ ਫੋਨ 'ਤੇ ਲੱਗੇ ਰਹਿੰਦੇ ਆ ਨਾ, ਉਹ ਥਕਾਵਟ ਮਹਿਸੂਸ ਕਰਨ ਲੱਗ ਜਾਂਦੇ, ਫਿਰ ਉਹ ਕਹਿੰਦੇ ਥੱਕਿਆ ਯਾਰ, ਕੰਮ ਤਾਂ ਕੁਛ ਨਹੀਂ ਕੀਤਾ, ਸਰੀਰ ਵੀ ਟੁੱਟਿਆ ਜਾ। ਇਹ ਉਸ ਫੋਨ 'ਤੇ ਵੱਧ ਸਮਾਂ ਬਿਤਾਉਣ ਦਾ ਨਤੀਜਾ। ਅੱਜ ਕੱਲ੍ਹ ਹੁਣ ਤਾਂ ਭਾਈ ਉਮਰ ਹੋ ਗਈ, ਲੈ ਅੱਜ ਕੱਲ੍ਹ ਤਾਂ ਖਾਣਾ ਪੀਣਾ ਇਹੋ ਜਿਹਾ, ਇਸ ਲਈ ਅਸੀਂ ਚੀਜ਼ਾਂ ਭੁੱਲਣ ਲੱਗ ਗਏ, ਉਹਦਾ ਨਤੀਜਾ ਫੋਨ ਹੈ। ਇਸ ਲਈ ਸਕਰੀਨ ਸਮਾਂ ਘਟਾਓ, ਕਿਤਾਬਾਂ ਪੜ੍ਹਨ ਦੀ ਆਦਤ, ਸੈਰ ਕਰਨ ਦੀ ਆਦਤ ਵਧਾਓ, ਨਹੀਂ ਤਾਂ ਤੁਸੀਂ ਆਪਣੀ ਯਾਦ ਸ਼ਕਤੀ ਭੁਲਾ ਲਓਗੇ। ਬਦਾਮ ਖਾਣ ਨਾਲ ਵੀ ਹੁਣ ਯਾਦ ਸ਼ਕਤੀ ਨਹੀਂ ਵੱਧਦੀ, ਕਿਉਂਕਿ ਬਦਾਮਾਂ 'ਚੋਂ ਵੀ ਬਦਾਮ ਰੋਗ ਪਹਿਲਾਂ ਹੀ ਕੱਢਿਆ ਹੁੰਦਾ। ਸੋ ਇਸ ਲਈ ਡਿਵਾਈਸ ਤੋਂ ਬਚੋ, ਅਤੇ ਇਹ ਤੁਹਾਡੀ ਮਾਨਸਿਕ ਰੋਗ ਪੈਦਾ ਕਰਦੀ ਹੈ। ਖੋਜ ਰਿਪੋਰਟ ਦੱਸਦੀ ਹੈ ਕਿ ਇਹਦੇ ਨਾਲ ਖੂਨ ਦਾ ਸਰਕਲ, ਮਤਲਬ ਦਿਮਾਗੀ ਖੂਨ ਦਾ ਸਰਕਲ ਵੀ ਪ੍ਰਭਾਵਿਤ ਹੁੰਦਾ। ਇਸ ਲਈ ਉਹ ਕਹਿੰਦੇ ਕਿ ਫੋਨ ਨੂੰ ਆਪਣੇ ਤੋਂ ਦੂਰ ਰੱਖੋ, ਜੇ ਹੋ ਸਕਦਾ ਇਸ ਨੂੰ ਰਾਤ ਨੂੰ ਸੌਣ ਲੱਗਿਆਂ ਸਾਇਲੈਂਟ ਕਰਕੇ ਸੋਵੋ, ਬੰਦ ਕਰਕੇ ਸੋਵੋ, ਦਿਨ ਦੇ ਵਿੱਚ ਵੀ ਜੇ ਹੋ ਸਕਦਾ ਇਸ ਨੂੰ ਸਿੱਧਾ ਚੱਕਣ ਦੀ ਬਜਾਏ ਕਿਸੇ ਉਹ ਜਿਵੇਂ ਕੰਨਾਂ 'ਚ ਲਾ ਕੇ ਜਾਂ ਕੁਛ ਲਾ ਕੇ ਚੱਕਦੇ ਆ, ਉਹਦੇ ਨਾਲ ਕਹਿੰਦੇ ਕਿ ਤੁਹਾਨੂੰ ਫੋਨ ਦੁਆਰਾ ਵਾਰ ਵਾਰ ਐਂ ਉਂਗਲ ਫੇਰਨ ਦੀ ਆਦਤ ਤੋਂ ਬਚੋਗੇ, ਅਤੇ ਜੇ ਜ਼ਿਆਦਾ ਤਲਬ ਉੱਠੇ ਫੋਨ ਛੱਡ ਕੇ ਥੋੜ੍ਹੇ ਕੁਝ ਕਦਮ ਪੈਦਲ ਤੁਰ ਨਿਕਲ ਜਾਓ, ਜਾਂ ਤਾਂ ਬਦਲ ਕਿਤਾਬ ਨੂੰ ਬਣਾਓ, ਪਰ ਫੋਨ ਦਾ ਸਕਰੀਨ ਸਮਾਂ ਘਟਾਓ, ਨਹੀਂ ਤਾਂ ਤੁਸੀਂ ਭੁਲੱਖੜ ਬਣ ਜਾਓਗੇ। ਵਿਖਦੇ ਰਹੋ ਲਿਬਰਲ ਟੀਵੀ, ਲੋਕਾਂ ਦੀ ਆਵਾਜ਼ ਲੋਕਾਂ ਲਈ।